ਕੀ ਨਾਮ ਹੈ ਜੀ? ਬਾਈ ਮਨਦੀਪ ਸਿੰਘ ਹੈ ਮੇਰਾ ਨਾਮ, ਪਿੰਡ ਭਲਾਈ ਆਣਾ। ਮਸਲਾ ਕੀ ਹੈ ਜੀ? ਮਸਲਾ ਜੀ ਸਾਡੇ ਛੱਪੜ ਦਾ ਹੈਗਾ। ਇਹ ਛੱਪੜ ਸਾਡਾ ਪੱਕਾ ਹੋਣਾ ਸੀ, ਥਾਪਰ ਮਾਡਲ ਬਣਨਾ ਸੀਗਾ। ਇਹ 15-20 ਦਿਨਾਂ ਤੋਂ ਕੰਮ ਇੱਥੇ ਚੱਲ ਰਿਹਾ ਹੈਗਾ, ਮਿਸਤਰੀ ਲੱਗੇ ਹੋਏ ਆ, ਡਿੱਗ ਪੱਟੇ ਪਏ ਹੈਗੇ, ਸਾਰਾ ਕੁਛ। ਅਸੀਂ ਜਦੋਂ ਅੱਜ ਵੇਖਿਆ ਆ ਕੇ ਇਹ 22 ਘਟੀਆ ਦਾ ਇੱਟਾਂ ਲਾ ਰਹੇ ਆ ਜੀ। ਕੋਈ ਸੀਮੈਂਟ ਨਹੀਂ, ਕੋਈ ਬਰੇਤੀ ਨਹੀਂ, ਆ ਵਿੱਚੋਂ ਵੜ ਵੜ ਕੇ ਰੇਤਾ ਹੀ ਲਾਈ ਜਾਂਦੇ ਹੈਗੇ, ਬਰੇਤੀ ਵੀ ਨਹੀਂ ਲਾਉਂਦੇ ਹੈਗੇ। ਬਰੇਤੀ ਲਾ ਦੇਣ, ਉਹ ਵੀ ਮੈਂ ਕਹਿੰਦਾ ਇਹ ਤੋਂ ਚੰਗੀ ਹੈਗੀ ਜੀ। ਇੱਟਾਂ ਦੇ ਰੋੜੇ ਹੁੰਦੇ ਆ ਜਿਹੜੇ, ਉਹ ਲੱਗ ਰਹੇ ਆ ਜੀ, ਕੋਈ ਇੱਟਾਂ ਨਹੀਂ ਲੱਗ ਰਹੀਆਂ ਹੈਗੀਆਂ। 33 ਲੱਖ ਰੁਪਇਆ ਦਾ ਪਾਸ ਹੋਇਆ ਜੀ ਜਿਹੜਾ ਇਹ ਬਣਨਾ ਸੀਗਾ। ਅਤੇ ਇਹ ਸਾਈਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜੀ ਵੀ ਪ੍ਰਸ਼ਾਸਨ ਇੱਥੇ ਆਵੇ, DC ਸਾਹਿਬ ਆਉਣ, ਸਾਡੇ ਹਲਕੇ ਦੇ MLA ਆਵੇ, ਮਤਲਬ ਵਿਰੋਧੀ ਧਿਰ ਦੇ ਨੇਤਾ ਆਉਣ, ਇੱਥੇ ਆ ਕੇ ਵੇਖਣ ਸਹੀ ਕੰਮ ਇਹਨਾਂ ਦਾ ਚੱਲੇ ਜੀ। ਤਾਂ ਫਿਰ ਇਹ ਸਹੀ ਮਟੀਰੀਅਲ ਲੱਗੇ, ਫਿਰ ਇਹ ਹੋਵੇ ਨਹੀਂ। ਸਾਡਾ ਜਨਤਾ ਦਾ ਪੈਸਾ ਜੀ, ਟੈਕਸ ਦਾ ਪੈਸਾ ਸਾਰਿਆਂ ਦਾ, ਇਹ ਬੰਦੇ ਵਿੱਚੋਂ ਖਾ ਰਹੇ ਆ, ਖੋਰੀ ਲਾ ਰਹੇ ਆ। ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਭ੍ਰਿਸ਼ਟਾਚਾਰ ਖਤਮ ਕਰਾਂਗੇ ਜੀ, ਬਦਲਾਅ ਲੈ ਕੇ ਆਉਂਦਾ। ਬਦਲਾਅ ਵੇਖ ਲਓ ਜੀ ਤੁਸੀਂ, ਅੱਖਾਂ ਸਾਹਮਣੇ ਵੇਖੀ ਜਾਂਦੇ ਹੋ ਜੀ। ਇਹ ਕੋਈ ਸੀਮੈਂਟ ਦਾ ਗੱਟਾ ਵੀ ਨਹੀਂ ਦੱਸਿਆ ਕੋਈ ਹੈਗਾ ਨੇੜੇ ਤੇੜੇ? ਬਾਈ ਜੀ ਇੱਕ ਬੱਠਲ ਵੀ ਨਹੀਂ ਪਾਉਂਦੇ ਜੀ, ਇੱਕ ਬੱਠਲ ਵੀ ਸੀਮੈਂਟ ਦਾ ਗੱਟਾ ਤਾਂ ਉਹ ਪਏ ਹੈਗੇ ਕੋਠੇ ਰੱਖੀ ਬੈਠੇ ਹੈਗੇ। ਬਰੇਤੀ ਵੀ ਤਾਂ ਤੋਂ ਲਿਆਉਂਦੇ ਮਾਰੇ, ਵਿੱਚੋਂ ਵੜ ਵੜ ਕੇ ਲਾਈ ਜਾਂਦੇ ਜਿਹੜਾ ਕੇਰੀ ਹੈ ਥੱਲੇ ਵਾਲੀ। ਹਾਂ ਕੇਰੀ ਹੈ ਜੀ, ਬਰੇਤੀ ਵੀ ਨਹੀਂ ਵਰਤੀ ਹੈ। ਨਾ ਨਾ, ਬਰੇਤੀ ਕਿਤੇ ਇਕੱਲਾ ਰੇਤਾ ਜਿਹੜਾ ਵਿੱਚੋਂ ਪੱਟ ਕੇ ਨਿਕਲਣਾ ਹੀ ਆ, ਤੁਸੀਂ ਵੇਖ ਲਓ ਇਹ ਲਾਈ ਜਾਂਦੇ ਹੈਗੇ ਕਈਆਂ ਨਾਲ। ਵਾਹ ਵਾਹ, ਕੋਈ ਇੱਟਾਂ ਦੀ ਤਰਾਈ ਨਹੀਂ ਗੀ, ਕੋਈ ਕੁਛ ਨਹੀਂ ਗੀ, ਉਵੇਂ ਸੁੱਕੀਆਂ ਇੱਟਾਂ। ਤੇ ਕੀ ਮੰਗ ਆ ਬਈ? ਮੰਗ ਇਹ ਆ ਜੀ ਸਸਤਾ ਵੀ ਪ੍ਰਸ਼ਾਸਨ ਇੱਥੇ ਆਵੇ, ਇਹਨੇ ਜਾਂਚ ਕੀਤੀ ਜਾਵੇ, ਬਣਦੀ ਕਾਰਵਾਈ ਕੀਤੀ ਜਾਵੇ ਇਹਨਾਂ ਉੱਤੇ, ਜਿਹੜੇ ਠੇਕੇਦਾਰ ਆ ਜਾਂ ਜੋ ਵੀ ਮਿਸਤਰੀ ਆ, ਜਿਹੜੇ ਵੀ ਇਹਦੇ ਹਿੱਸੇਦਾਰ ਹੈਗੇ ਹੈਗੇ, ਸਾਰਿਆਂ ਦੇ ਬਣਦੀ ਕਾਰਵਾਈ ਕੀਤੀ ਜੀ। ਸਾਡੇ ਪਿੰਡ ਕੋਈ ਝੀਲ ਪਾਸ ਹੋਈ ਸੀਗੀ ਜੀ ਪਹਿਲਾਂ ਪੁਰਾਣੀ ਸਰਕਾਰ ਦੇ ਟਾਈਮ, ਅਤੇ ਹੁਣ ਉਹਦਾ ਪੈਸਾ ਪਾਸ ਹੋ ਕੇ ਕੰਮ ਜਿਹੜਾ ਸੀਗਾ ਸਟਾਰਟ ਹੋਇਆ ਵਾ। 15-20 ਦਿਨਾਂ ਤੋਂ ਇਹਦੀ ਪਟਾਈ ਚੱਲ ਰਹੀ ਸੀ, ਹੁਣ ਇਹਦੀ ਉਸਾਰੀ ਚੱਲ ਰਹੀ ਹੈ ਜੀ। ਅਤੇ ਹੁਣ ਪਿੰਡ ਨੇ ਇਤਰਾਜ਼ ਕਰਿਆ, ਇਹ ਪਿੰਡ ਦੇ ਲੋਕਾਂ ਨੇ, ਕਿ ਜਿਹੜਾ ਇਹ ਜਿਹੜਾ ਕੰਮ ਆ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਗਾ, ਕਿ ਸੀਮੈਂਟ ਵੀ ਨਹੀਂ ਸਹੀ ਲੱਗ ਰਿਹਾ ਗਾ, ਇੱਟਾਂ ਵੀ ਨਹੀਂ ਸਹੀ ਲੱਗ ਰਹੀਆਂ ਗਾ, ਕਿ ਬਰੇਤੀ ਵੀ ਸਹੀ ਨਹੀਂ, ਜਿਹੜੀ ਆਹ ਥਾਂ ਪੱਟਿਆ ਇਹਦੇ ਵਿੱਚੋਂ ਹੀ ਜਿਹੜੀ ਬਰੇਤੀ ਨਿਕਲੀ ਆ ਉਹੀ ਲਾਈ ਜਾਂਦੇ ਆ, ਮਿੱਟੀ ਜਿਹੜੀ ਮਿੱਟੀ ਹੈ। ਹਾਂਜੀ ਉਹੀ ਲਾਈ ਜਾਂਦੇ ਆ। ਅਤੇ ਅਸੀਂ ਚਾਹੁੰਦੇ ਹਾਂ ਕਿ ਪਿੰਡ ਦੇ ਤੌਰ 'ਤੇ ਕਿ ਸਾਡੇ ਪਿੰਡ ਦੇ ਵਿੱਚ ਇਹ ਝੀਲ ਬਣ ਰਹੀ ਹੈ, ਚੱਲ ਵਧੀਆ ਝੀਲ ਆ ਜਿਹੜੀ ਪਿੰਡ ਦੀ ਸੁੰਦਰਤਾ ਦੇ ਵੱਲ ਲੈ ਕੇ ਜਾਊਗੀ ਪਿੰਡ ਨੂੰ, ਕਿ ਲੋਕ ਕਹਿਣਗੇ ਕਿ ਚੱਲ ਭਲਾਈਆਂ ਦੇ ਵਿੱਚ ਝੀਲ ਬਣੀ ਆ। ਪਰ ਇਹ ਜਿਹੜਾ ਇਹਦਾ ਕੰਮ ਸਟਾਰਟ ਹੋਇਆ ਸਹੀ ਪ੍ਰੋਪਰ ਤਰੀਕੇ ਨਾਲ ਨਹੀਂ ਹੋਇਆ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇਹ ਕੰਮ ਆ, ਕਿ ਠੇਕੇਦਾਰ ਨਾਲ ਬਾਈ ਨਾਲ ਗੱਲ ਹੋਈ ਸੀਗੀ, ਉਹ ਉਹਦਾ ਗਲਤੀ ਮੰਨਦਾ ਕਿ ਬਈ ਗਲਤੀ ਹੋ ਗਈ, ਮੈਂ ਆਇਆ ਨਹੀਂ ਸੀਗਾ ਅਤੇ ਪਿੱਛੋਂ ਲੇਬਰ ਨੇ ਕੰਮ ਸਟਾਰਟ ਕਰਤਾ। ਅਸੀਂ ਵੀ ਉਹਨੂੰ ਕਿਹਾ ਕਿ ਬਈ ਖਿੱਚਿਆ ਕਿ ਜਿਹੜਾ ਕੰਮ ਆ ਇਹ ਲੇਬਰ ਨੇ ਸਟਾਰਟ ਕਰਿਆ, ਤੂੰ ਪਿੱਛੋਂ ਖਬਰ ਕਿਉਂ ਨਹੀਂ ਲਈਗੀ। ਉਹ ਆਪਦੀ ਗਲਤੀ ਮੰਨਦਾ, ਉਹ ਉਹਦਾ ਕਹਿੰਦਾ ਮੈਂ ਸਾਰਾ ਸ਼ੁਰੂ ਤੋਂ ਦੁਬਾਰਾ ਕਰਵਾ ਦਿੰਦਾ ਕੰਮ ਇਹ। ਅਤੇ ਹੁਣ ਬਾਈ ਨੇ ਗੱਲ ਕਰੀ ਸੀਗੀ, ਕਹਿੰਦਾ ਲੇਬਰ ਨੂੰ ਵੀ ਕਿਹਾ ਕਿ ਕੰਮ ਸਟਾਰਟ ਕਰ ਦਿਉ ਦੁਬਾਰਾ ਸਹੀ ਤਰੀਕੇ ਨਾਲ। ਅਤੇ ਪਰ ਅਸੀਂ ਵੀ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਜਿਹੜੇ ਵੀ ਪਿੰਡਾਂ ਦੇ ਵਿੱਚ ਜਾਂ ਤੁਸੀਂ ਕਿਤੇ ਵੀ ਠੇਕੇ ਦਿੰਦੇ ਹੋ ਜਾਂ ਕਿਸੇ ਵੀ ਮਹਿਕਮੇ ਨੂੰ ਦਿੰਦੇ ਆ, ਇਹਦੀ ਪੂਰੀ ਛਾਣਬੀਣ ਕਰੋ, ਅਣਗਹਿਲੀ ਨਾ ਵਰਤੋ ਇਸ ਕੰਮ ਦੇ ਵਿੱਚ, ਸਰਕਾਰੀ ਪੈਸੇ ਦਾ ਜਿਹੜਾ ਨਸ਼ਟ ਹੁੰਦਾ। ਸਰ ਕੀ ਨਾਮ ਹੈ ਤੁਹਾਡਾ ਜੀ? ਹਾਂਜੀ ਮੇਰਾ ਨਾਮ ਵਕੀਲ ਸਿੰਘ ਹੈ ਜੀ। ਜਿਹੜਾ ਇੱਥੇ ਕੰਮ ਹੋ ਰਿਹਾ ਕਿਵੇਂ ਦੇਖ ਦਿਓ ਵੀ? ਕੰਮ ਜੀ ਮੇਰੇ ਕੋਲ ਫੋਨ ਗਿਆ ਸੀਗਾ ਜੀ ਵੀ ਸਾਰਾ ਮਟੀਰੀਅਲ ਨਰਮ ਲੱਗੀ ਜਾਂਦਾ, ਨਾ ਕੋਈ ਇੱਟ ਦੀ ਤਰਾਈ ਹੁੰਦੀ ਆ, ਮਾੜੀ ਇੱਟ ਲੱਗੀ ਜਾਂਦੀ ਹੈ ਜੀ, ਇਕੱਲੀ ਬਰੇਤੀ 'ਚ ਚਿਣਾਈ ਹੋ ਜਾਂਦੀ ਆ, ਊਂ ਸੁੱਕੀਆਂ ਇੱਟਾਂ ਚਲੀ ਜਾਂਦੇ ਆ। ਇਸ ਕਰਕੇ ਬਹੁਤ ਗਲਤ ਕੰਮ ਹੋ ਰਿਹਾ, ਸਹੀ ਕੰਮ ਨਹੀਂ ਹੋ ਰਿਹਾ ਜਾ, ਇਹ ਕੰਮ ਦੀ ਜਾਂਚ ਹੋਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਤੋਂ ਤੁਸੀਂ ਵੀ ਲੱਗਦਾ ਸੀ, ਆਮ ਆਦਮੀ ਪਾਰਟੀ 'ਚ ਵੀ ਇਸ ਤਰ੍ਹਾਂ ਕੰਮ ਹੋ ਰਿਹਾ? ਮੈਂ ਯੂਥ ਆਮ ਪਾਰਟੀ ਕਮੇਟੀ ਦਾ ਮੈਂਬਰ ਹਾਂ ਪਿੰਡ ਭਲਾਈ ਦਾ, ਵੀ ਇਸ ਤਰ੍ਹਾਂ ਦੇ ਕੰਮ ਨਹੀਂ ਹੋਣੇ ਚਾਹੀਦੇ? ਹਾਂਜੀ ਹਾਂਜੀ, ਇਹ ਸਰਕਾਰ ਬਹੁਤ ਸਖਤੀ ਕਰ ਰਹੀ ਹੈ, ਜਿਹੜਾ ਕੋਈ ਗਲਤ ਕੰਮ ਕਰਦਾ ਜੀ ਉਹ 'ਤੇ ਕਾਨੂੰਨੀ ਕਾਰਵਾਈ ਕਰ ਰਹੀ ਹੈ, ਵੀ ਇਸ 'ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜਾ ਇਹ ਕੰਮ ਦਾ ਜਿਹੜਾ ਇਹ ਕੰਮ ਹੋ ਗਿਆ, ਤੁਸੀਂ ਇਹਨਾਂ 'ਤੇ ਬੰਦਿਆਂ 'ਤੇ ਕਾਰਵਾਈ ਕਰਵਾਓਗੇ ਅੱਗੇ ਹੋ ਕੇ? ਕਰਵਾਵਾਂਗੇ। ਜਾ ਕੇ ਦੇਖਦੇ ਨਹੀਂ ਗਏ? ਨਹੀਂ ਸਰ, ਅਸੀਂ ਤਾਂ ਰਹਿੰਦੇ ਹਾਂ, ਸਾਡੇ ਕੋਲ ਕੋਈ ਤੁਸੀਂ ਨੰਬਰ ਹੀ ਨਹੀਂ ਜਦ ਤੱਕ ਕਰੇ ਜੀ, ਅਸੀਂ ਕਿੱਥੋਂ ਲਈਏ ਤੁਹਾਡੇ ਨੰਬਰ? ਆ ਹੁਣ ਲਏ ਆ ਜੀ, ਜਦੋਂ ਮਸਲਾ ਪੈ ਗਿਆ ਸਰ। ਸਰ ਇੱਥੇ ਨਾ ਅੱਧਾ ਪਿੰਡ ਇਕੱਠਾ ਹੋਇਆ ਪਿਆ, ਸਾਰਿਆਂ ਨੇ ਕੰਮ ਧੰਦੇ ਜਾਣਾ, ਜਾਂ ਤਾਂ ਤੁਸੀਂ ਜਿਨ੍ਹਾਂ ਨੂੰ ਵੀ ਤੁਸੀਂ ਭੇਜਣਾ ਛੇਤੀ ਭੇਜ ਦਿਓ ਜੀ, ਸਾਨੂੰ ਟਾਈਮ ਦੇ ਦਿਓ ਜੀ, ਇੰਨੇ ਟਾਈਮ 'ਚ ਆ ਜਾਣਗੇ ਸਰ। ਬਹੁਤ ਲੇਟ ਆ ਜੀ ਸਰ, ਮੁਕਤਸਰੋਂ ਅਸੀਂ ਹੁਣੇ ਆ ਜਾਂਦੇ ਤੁਹਾਡੇ ਕੋਲ 20 ਮਿੰਟਾਂ ਦੇ ਵਿੱਚ ਸਰ, ਸਾਨੂੰ ਜਲਦੀ ਤੋਂ ਭੇਜ ਦਿਓ, 20 ਮਿੰਟ ਅਸੀਂ ਪੱਤਰਕਾਰ ਮੰਗਾਏ ਆ, ਸਭ ਉੱਠ ਜਾਣਗੇ ਜੀ। ਸਾਨੂੰ ਨੈੱਟ ਟਾਈਮ ਦੇ ਦਿਓ ਸਰ, ਰਿਕੁਐਸਟ ਹੀ ਆ ਜੀ।
ਠੀਕ ਆ ਸਰ ਨਹੀਂ ਸਰ ਤੁਸੀਂ ਆਓ ਤੇ ਮੌਕਾ ਤਾਂ ਵੇਖ ਕੇ ਜਾਓ ਜੀ ਤੁਸੀਂ ਨਹੀਂ ਸਰ ਸਾਡੇ ਵਾਸਤੇ ਸਾਰੇ ਗਾਈਡਡ ਆ ਜੀ ਸਾਡੇ ਵਾਸਤੇ ਠੇਕੇਦਾਰ ਵੀ ਗਾਈਡਡ ਆ ਪਰ ਤੁਸੀਂ ਆ ਕੇ ਵੇਖੋ ਤੁਹਾਡੇ ਬੰਦੇ ਕੀ ਕੰਮ ਕਰ ਰਹੇ ਆ ਜੀ ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਸਰ ਇਹ ਜਿਹੜਾ ਤੁਹਾਨੂੰ ਮੁੱਦਾ ਧਿਆਨ 'ਚ ਕਰਾਇਆ ਤੁਹਾਨੂੰ ਸਮਝ 'ਚ ਆ ਗਿਆ ਜੀ ਅਤੇ ਤੁਸੀਂ ਇਹਦਾ ਹੁਣ ਹੱਲ ਕੀ ਕਰੋਗੇ ਇਹਦਾ ਅਤੇ ਸਰ ਜੇ ਕੱਲ੍ਹ ਨੂੰ ਕੋਈ ਇਹਦੇ 'ਚ ਫਿਰ ਪਰੇਸ਼ਾਨੀ ਆਈ ਦਿੱਕਤ ਆਈ ਜੀ ਨਹੀਂ ਨਹੀਂ ਜੇ ਚੱਲਦੇ ਕੰਮ ਜੀ ਪ੍ਰੋਬਲਮ ਆ ਗਈ ਅਸੀਂ ਫਿਰ ਠੇਕੇਦਾਰ ਨੂੰ ਨਹੀਂ ਪੁੱਛਣਾ ਕੁਛ ਵੀ ਆਪਣਾ ਤਾਲਮੇਲ ਹੋਊਗਾ ਜੀ ਤੁਸੀਂ ਮੇਰਾ ਨੰਬਰ ਨੋਟ ਕਰੋ ਮੈਨੂੰ ਫੋਨ ਕਰਿਆ ਕਰੋ ਸਿੱਧਾ ਅਤੇ ਅਸੀਂ ਇਹਦੀ ਅਪਡੇਟ ਕਿਹਨੂੰ ਦਈਏ ਜੀ ਐਸ ਡੀ ਸਾਹਿਬ ਨੂੰ ਮੇਰਾ ਨੰਬਰ ਲਿਓ ਤੁਸੀਂ ਮੈਂ ਆਪ ਆਊਂਗਾ ਜੀ ਚਿੰਤਾ ਨਾ ਕਰੋ ਸਰ ਸਖਤੀ ਤਾਂ ਕਰਦੇ ਹਾਂ ਚੱਲ ਮੰਨ ਲਿਆ ਚੱਲ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਆ ਕਿ ਤੁਸੀਂ ਇਹਦਾ ਹੱਲ ਕਰਾਓਗੇ ਜੇ ਕੋਈ ਕੱਲ੍ਹ ਨੂੰ ਉੱਨੀ ਇੱਕੀ ਹੁੰਦੀ ਆ ਤੁਸੀਂ ਦੇਣ ਦਾ ਰਹਿੰਦੇ ਠੀਕ ਹੈ ਨਾ ਸਾਡਾ ਠੇਕੇਦਾਰ ਸਾਡਾ ਅੱਜ ਤੋਂ ਹੀ ਠੇਕੇਦਾਰ ਨਾਲ ਕੋਈ ਕੰਟੈਕਟ ਨਹੀਂ ਗਾ ਸਾਡਾ ਕੰਟੈਕਟ ਤੁਹਾਡੇ ਨਾਲ ਆ ਜੀ ਮੇਰੇ ਨਾਲ